ਤੁਸੀਂ ਡਿਫਰੈਂਸ ਦੇਖ ਸਕਦੇ ਹੋ ਜਿਹੜਾ ਕਿ ਫਰੰਟ ਟਾਇਰ ਆ ਉਹ ਅੰਦਰ ਨੂੰ ਅਤੇ ਜਿਹੜਾ ਕਿ ਆਪਣਾ ਰੀਅਲ ਟਾਇਰ ਆ ਉਹ ਕਿੰਨਾ ਆਪਣੀ ਜਿਹੜੀ ਕਿ ਕਾਰ ਦੀ ਬੋਡੀ ਤੋਂ ਕਿੰਨਾ ਬਾਹਰ ਆ ਅਤੇ ਇੰਨਾ ਕੁ ਡਿਫਰੈਂਸ ਪੈਂਦਾ ਹੈਗਾ ਜਦੋਂ ਆਪਾਂ ਵੀ ਸਪੇਸਰ ਇੰਸਟਾਲ ਕਰਦੇ ਹਾਂ ਕਾਰ 'ਚ। ਕਾਰ ਦੀ ਲੁੱਕ ਥੋੜ੍ਹੀ ਬਲਕੀ ਹੋ ਗਈ ਆ। ਹੈਲੋ ਗਾਇਜ਼, ਵੈਲਕਮ ਟੂ ਮਾਈ ਨਿਊ ਵਲੋਗ। ਲੈ ਕੇ ਆਇਆ ਤੁਹਾਡੇ ਲਈ ਹੋਰ ਵੀਡੀਓ। ਹਾਂਜੀ ਦੋਸਤੋ, ਅੱਜ ਦੀ ਵੀਡੀਓ ਹੈਗੀ ਆ ਸਵਿਫਟ 'ਤੇ। ਅੱਜ ਆਪਾਂ ਸਵਿਫਟ 'ਚ ਵੀਲ ਸਪੇਸਰ ਇੰਸਟਾਲ ਕਰਾਂਗੇ। ਜਿਵੇਂ ਕਿ ਤੁਸੀਂ ਥੰਬਨੇਲ 'ਚ ਦੇਖਿਆ ਹੋਊਗਾ ਟਾਇਰ 1.5 ਇੰਚ ਬਾਹਰ। ਚਲੋ ਆਪਾਂ ਵੀਲ ਸਪੇਸਰ ਇੰਸਟਾਲ ਕਰਦੇ ਹਾਂ। ਹਾਂਜੀ ਦੋਸਤੋ, ਹੁਣ ਤੁਹਾਨੂੰ ਦਿਖਾਉਂਦੇ ਹਾਂ ਕਿ ਵੀਲ ਸਪੇਸਰ ਕਿਹਨੂੰ ਕਹਿੰਦੇ ਆ। ਜਿਹੜੇ ਕਿ ਤੁਸੀਂ ਦੇਖ ਰਹੇ ਹੋ ਇਹ ਆਪਣਾ ਹੀ ਵੀਲ ਸਪੇਸਰ, ਜਿਹੜੇ ਕਿ ਰੀਅਲ ਡਰਮ ਦੇ ਸਟੱਡ ਹੁੰਦੇ ਆ ਉਹ ਇਹ 'ਚ ਫਿੱਟ ਹੋ ਜਾਣਗੇ, ਅਤੇ ਜਿਹੜੇ ਤੁਸੀਂ ਇਹਦੇ ਸਟੱਡ ਦੇਖ ਰਹੇ ਹੋ ਇਹ 'ਤੇ ਆਪਣਾ ਅਲੋਏ ਫਿੱਟ ਹੋ ਜੂਗਾ। ਚਲੋ ਤੁਹਾਨੂੰ ਆਪਾਂ ਫਿਟਿੰਗ ਕਰਕੇ ਦਿਖਾਉਂਦੇ ਹਾਂ। ਸੋ ਵੀਲ ਸਪੇਸਰ ਇੰਸਟਾਲ ਕਰਨ ਲਈ ਆਪਾਂ ਨੂੰ ਟਾਇਰ ਰਿਮੂਵ ਕਰਨਾ ਪੈਣਾ। ਹਾਂਜੀ ਦੋਸਤੋ, ਜਿਹੜੇ ਕਿ ਤੁਸੀਂ ਡਰੰਮ ਦੇਖ ਰਹੇ ਹੋ ਇਹਦੇ ਜਿਹੜੇ ਸਟੱਡ ਨੇ ਅਤੇ ਉੱਥੇ ਆਪਣਾ ਵੀਲ ਸਪੇਸਰ ਫਿੱਟ ਹੋ ਜੂਗਾ, ਅਤੇ ਜਿਹੜੇ ਵੀਲ ਸਪੇਸਰ ਦੇ ਜਿਹੜੇ ਸਟੱਡ ਨੇ ਉਹ 'ਚ ਆਪਣਾ ਅਲੋਏ ਫਿੱਟ ਹੋਊਗਾ। ਹਾਂਜੀ ਦੋਸਤੋ, ਤੁਸੀਂ ਡਿਫਰੈਂਸ ਦੇਖ ਸਕਦੇ ਹੋ ਜਿਹੜਾ ਕਿ ਫਰੰਟ ਟਾਇਰ ਆ ਉਹ ਅੰਦਰ ਨੂੰ ਅਤੇ ਜਿਹੜਾ ਕਿ ਆਪਣਾ ਰੀਅਲ ਟਾਇਰ ਆ ਉਹ ਕਿੰਨਾ ਆਪਣੀ ਜਿਹੜੀ ਕਿ ਕਾਰ ਦੀ ਬੋਡੀ ਤੋਂ ਕਿੰਨਾ ਬਾਹਰ ਆ ਅਤੇ ਇੰਨਾ ਕੁ ਡਿਫਰੈਂਸ ਪੈਂਦਾ ਹੈਗਾ ਜਦੋਂ ਆਪਾਂ ਵੀਲ ਸਪੇਸਰ ਇੰਸਟਾਲ ਕਰਦੇ ਹਾਂ ਕਾਰ 'ਚ। ਅਤੇ ਹੁਣ ਆਪਾਂ ਜਿਹੜਾ ਕਿ ਰਾਈਟ ਸਾਈਡ ਦਾ ਰੀਅਲ ਡਰੰਮ ਆ ਉਹਤੇ ਵੀਲ ਸਪੇਸਰ ਇੰਸਟਾਲ ਕਰਦੇ ਹਾਂ। ਹਾਂਜੀ ਦੋਸਤੋ, ਦੋਨੋਂ ਸਾਈਡ ਆਪਾਂ ਵੀਲ ਸਪੇਸਰ ਇੰਸਟਾਲ ਕਰਤੇ ਆ ਅਤੇ ਹੁਣ ਤੁਸੀਂ ਦੇਖ ਸਕਦੇ ਹੋ ਕਾਰ ਦੀ ਲੁੱਕ ਥੋੜ੍ਹੀ ਬਲਕੀ ਹੋ ਗਈ ਆ। ਅਤੇ ਹੁਣ ਆਪਾਂ ਫਰੰਟ 'ਚ ਇੰਸਟਾਲ ਕਰਦੇ ਹਾਂ, ਉਹ ਤੋਂ ਬਾਅਦ ਤੁਹਾਨੂੰ ਵੀਡੀਓ ਦੇ ਐਂਡ 'ਚ ਦਿਖਾਉਂਦੇ ਹਾਂ ਇਹਦੀ ਫਾਈਨਲ ਲੁੱਕ ਕਿਹੋ ਜਿਹੀ ਆ। ਹਾਂਜੀ ਦੋਸਤੋ, ਫਿਟਿੰਗ ਆਪਣੀ ਕੰਪਲੀਟ ਹੋ ਚੁੱਕੀ ਆ ਅਤੇ ਹੁਣ ਤੁਹਾਨੂੰ ਦਿੰਦੇ ਇੱਕ ਵਾਕ ਅਰਾਊਂਡ।
हाँ जी दोस्तों, जिस तुम साडी वीडियो वधिया लगी तो चैनल सबसक्राइब, वीडियो लाइक तो करो। धन्यवाद।